Nothing can stop me. I'm all the way up. All the way up. I'm all the way up. ਸਾਰੇ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ ਕਰਾਊਡ ਫਿਟਨੈਸ ਵਿੱਚ। ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਹਾਂ ਉਹਨਾਂ ਵੀਰਾਂ ਦੀ ਜਿਹੜੇ ਮੇਰੇ ਵੀਰ ਵੇਟ ਗੇਨ ਕਰਨਾ ਚਾਹੁੰਦੇ ਨੇ, ਜਿਨ੍ਹਾਂ ਦਾ ਵੇਟ ਹੈ ਜਿਹੜਾ ਉਹ ਵੱਧ ਨਹੀਂ ਰਿਹਾ, ਸਾਈਜ਼ ਹੈ ਜਿਹੜਾ ਅੱਪ ਨਹੀਂ ਹੋ ਰਿਹਾ। ਬਹੁਤ ਸਾਰੇ ਮੇਰੇ ਵੀਰ ਇਹੋ ਜਿਹੇ ਨੇ ਜਿਹੜੇ ਆਪਣੀ ਡਾਇਟ ਲੈ ਰਹੇ ਨੇ, ਵਰਕਆਊਟ ਕਰ ਰਹੇ ਨੇ, ਪਰ ਫਿਰ ਵੀ ਜਿਹੜਾ ਉਹਨਾਂ ਦਾ ਵੇਟ ਹੈ ਇੱਕ ਜਗ੍ਹਾ 'ਤੇ ਰੁਕ ਗਿਆ ਅਤੇ ਵੱਧ ਨਹੀਂ ਰਿਹਾ। ਅੱਜ ਦੀ ਰੈਸਪੀ ਹੈ ਜਾਂ ਆਪਣੀ ਬਨਾਨਾ ਸ਼ੇਕ ਦੀ। ਇਹ ਰੈਸਪੀ ਦਾ ਤੁਸੀਂ ਯੂਜ਼ ਕਰਕੇ ਦੇਖੋ, ਇੱਕ ਮੰਥ ਯੂਜ਼ ਕਰਨਾ, ਤੁਸੀਂ 3-4 ਕੇਜੀ ਵੇਟ ਹੈ ਜਿਹੜਾ ਈਜ਼ੀਲੀ ਗੇਨ ਕਰ ਲਓਗੇ। ਇਹ ਰੈਸਪੀ ਮੈਂ ਖੁਦ ਵੀ ਟਰਾਈ ਕੀਤੀ ਹੈ, ਸੋ ਬਿਨਾਂ ਕਿਸੇ ਟਾਈਮ ਵੇਸਟ ਕੀਤੇ ਚਲੋ ਚੱਲਦੇ ਹਾਂ ਆਪਾਂ ਆਪਣੀ ਰੈਸਪੀ। ਹਾਂਜੀ, ਇਨਗਰੀਡੀਐਂਟਸ ਦੀ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦੇ ਨੇ ਓਟਸ। ਓਟਸ ਕੁਐਕ ਕਰਦੇ ਨੇ ਆਪਣੇ ਕੋਲ, ਨਾਲ ਹੀ ਆਪਣੇ ਕੋਲ 15 ਬਦਾਮ, 15 ਦਾਖਾਂ, ਅਤੇ ਨਾਲ 300 ml ਆਪਣੇ ਕੋਲ ਹੈਗੇ ਮਿਲਕ। ਇਹਦੇ ਨਾਲ ਹੀ ਆਪਣਾ ਬੇ ਪ੍ਰੋਟੀਨ ਦੇ ਨਾਲ 2 ਬਨਾਨਾਸ ਅਤੇ ਨਾਲ ਸ਼ਹਿਦ ਦੀ ਜਗ੍ਹਾ ਆਪਾਂ ਚੀਨੀ ਜਾਂ ਗੁੜ ਦਾ ਇਸਤੇਮਾਲ ਵੀ ਕਰ ਸਕਦੇ ਹਾਂ। ਚਲੋ ਹੁਣ ਆਪਾਂ ਚੱਲਦੇ ਹਾਂ ਆਪਣੀ ਵੀਡੀਓ ਤਰਫ ਅਤੇ ਬਣਾਉਂਦੇ ਹਾਂ ਅੱਜ ਆਪਣਾ ਬਨਾਨਾ ਸ਼ੇਕ। ਹਾਂਜੀ, ਆਪਣਾ ਸ਼ੇਕ ਬਣਾਉਣ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦਾ ਮਿਕਸਰ ਗ੍ਰਾਈਂਡਰ। ਮਿਕਸਰ ਗ੍ਰਾਈਂਡਰ 'ਚ ਆਪਾਂ ਪਾਵਾਂਗੇ ਆਪਣੇ ਓਟਸ। ਓਟਸ ਮੈਂ ਇਹਦੇ ਵਿੱਚ ਪਾ ਰਿਹਾ 50 ਗ੍ਰਾਮ। 50 ਗ੍ਰਾਮ ਓਟਸ ਪਾ ਕੇ ਤੁਸੀਂ ਇਸਨੂੰ ਗ੍ਰਾਈਂਡ ਕਰਨਾ ਹੈ। ਇਸਨੂੰ ਪਹਿਲਾਂ ਗ੍ਰਾਈਂਡ ਕਰਨ ਦਾ ਜਿਹੜਾ ਮਕਸਦ ਹੈ ਉਹ ਇਹ ਹੈ ਕਿ ਇਹਨੂੰ ਪਾਊਡਰ ਫਾਰਮ 'ਚ ਆਪਾਂ ਬਣਾ ਲੈਣਾ, ਅਤੇ ਪਾਊਡਰ ਫਾਰਮ 'ਚ ਬਣਾਉਣ ਨਾਲ ਇਹ ਅੱਛੇ ਤਰੀਕੇ ਨਾਲ ਜਿਹੜਾ ਆਪਣੇ ਸ਼ੇਕ ਵਿੱਚ ਘੁਲ ਜਾਏਗਾ, ਅਤੇ ਇਹਦੇ ਛਿਲਕੇ ਨੇ ਜਿਹੜੇ ਉਹ ਆਪਣੇ ਗਲ ਵਿੱਚ ਨਹੀਂ ਲੱਗਣਗੇ। ਇਸਨੂੰ ਵਿੱਚ ਪਾਉਣ ਤੋਂ ਬਾਅਦ ਢੱਕਣ ਲਗਾ ਲੈਣਾ। ਢੱਕਣ ਲਗਾ ਕੇ ਆਪਾਂ ਨੇ ਉੱਪਰ ਕੱਪੜਾ ਲਾ ਲੈਣਾ, ਕਿਉਂਕਿ ਕਈ ਵਾਰ ਜਿਹੜਾ ਆਪਣਾ ਇਹ ਪਾਊਡਰ ਇਹ ਬਾਹਰ ਆ ਜਾਂਦਾ, ਅਤੇ ਉਸਨੂੰ ਬਚਾਉਣ ਲਈ ਆਪਾਂ ਨੇ ਇਹਦੇ ਉੱਪਰ ਕੱਪੜਾ ਰੱਖ ਲੈਣਾ। ਇਹਦੇ ਰੱਖਣ ਤੋਂ ਬਾਅਦ ਆਪਾਂ ਨੇ ਇਹਨੂੰ 10 ਸੈਕਿੰਡ ਤੱਕ ਕਰਨਾ ਗ੍ਰਾਈਂਡ। 10 ਸੈਕਿੰਡ ਗ੍ਰਾਈਂਡ ਕਰਨ ਤੋਂ ਬਾਅਦ ਫਿਰ ਆਪਾਂ ਦੇਖਦੇ ਹਾਂ ਇਹ ਕਿਵੇਂ ਦਾ ਦਿਖਦਾ। ਹਾਂਜੀ, 10 ਸੈਕਿੰਡ ਹੋ ਗਏ ਨੇ ਅਤੇ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਗ੍ਰਾਈਂਡ ਕਰਤਾ। ਗ੍ਰਾਈਂਡ ਕਰਨ ਤੋਂ ਬਾਅਦ ਇਹ ਕੁਝ ਅਜਿਹਾ ਲੱਗ ਰਿਹਾ, ਪਾਊਡਰ ਫਾਰਮ 'ਚ ਬਣ ਚੁੱਕਿਆ। ਇਹਦੇ ਛਿਲਕੇ ਨੇ ਉਹ ਜਿਹੜੇ ਜਮੀ ਖਤਮ ਹੋ ਚੁੱਕੇ ਨੇ ਅਤੇ ਆਟੇ ਦੀ ਤਰ੍ਹਾਂ ਲੱਗ ਰਿਹਾ। ਇਸ ਤੋਂ ਬਾਅਦ ਆਪਾਂ ਆਪਣਾ ਸੈਕਿੰਡ ਇਨਗਰੀਡੀਐਂਟ ਹੈ ਜਿਹੜਾ ਉਹ ਐਡ ਕਰਾਂਗੇ। ਸੈਕਿੰਡ ਇਨਗਰੀਡੀਐਂਟ ਆਪਣੇ ਹੈਗੇ ਨੇ ਬਦਾਮ, ਬਦਾਮ ਅਤੇ ਦਾਖਾਂ। ਹਾਂਜੀ, ਬਦਾਮ ਅਤੇ ਦਾਖਾਂ ਨੂੰ ਆਪਾਂ ਕੱਟ ਕੇ ਵੀ ਪਾ ਸਕਦੇ ਹਾਂ ਅਤੇ ਐਵੇਂ ਵੀ ਪਾ ਸਕਦੇ ਹਾਂ। ਮੈਂ ਹੁਣ ਐਵੇਂ ਪਾ ਰਿਹਾ। ਅਗਰ ਤੁਸੀਂ ਕੱਟ ਕੇ ਪਾਉਂਦੇ ਹੋ ਤਾਂ ਤੁਹਾਡੇ ਲਈ ਹੋਰ ਵੀ ਫਾਇਦੇਮੰਦ ਹੈ, ਕਿਉਂਕਿ ਫਿਰ ਇਹ ਚੰਗੀ ਤਰ੍ਹਾਂ ਮਿਕਸ ਹੋ ਜਾਂਦਾ ਆਪਣੇ ਮਿਕਸਚਰ ਦੇ ਵਿੱਚ। ਹਾਂਜੀ, ਬਦਾਮ ਅਤੇ ਦਾਖਾਂ ਪਾਉਣ ਤੋਂ ਬਾਅਦ ਇਹਨਾਂ ਨੂੰ ਆਪਾਂ ਨੇ ਕਰਨਾ 5 ਸੈਕਿੰਡ ਲਈ ਗ੍ਰਾਈਂਡ। 5 ਸੈਕਿੰਡ ਗ੍ਰਾਈਂਡ ਕਰਨ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਦੇਖਦੇ ਹਾਂ ਆਪਾਂ ਇਹ ਕਿੱਦਾਂ ਦੇ ਲੱਗਦੇ ਨੇ। ਹਾਂਜੀ, 5 ਸੈਕਿੰਡ ਹੋ ਚੁੱਕੇ ਨੇ ਅਤੇ ਆਪਾਂ ਆਪਣਾ ਮਿਕਸਚਰ ਦੇਖਦੇ ਹਾਂ। ਇਹ ਕੁਛ ਇਸ ਪ੍ਰਕਾਰ ਦਾ ਲੱਗ ਰਿਹਾ, ਪੂਰੀ ਤਰ੍ਹਾਂ ਇਹ ਘੁਲ ਚੁੱਕਿਆ ਅਤੇ ਪਾਊਡਰ ਦੀ ਫਾਰਮ ਹੈ ਜਿਹੜਾ ਲੈ ਚੁੱਕਿਆ। ਇਸ ਤੋਂ ਬਾਅਦ ਆਪਾਂ ਨੇ ਆਪਣਾ ਨੈਕਸਟ ਇਨਗਰੀਡੀਐਂਟ ਇਹਦੇ 'ਚ ਐਡ ਕਰਨਾ ਹੈ। ਨੈਕਸਟ ਇਨਗਰੀਡੀਐਂਟ ਹੈਗਾ ਆਪਣਾ ਮੇਨ ਇਨਗਰੀਡੀਐਂਟ ਬਨਾਨਾਸ। 2 ਬਨਾਨਾ ਲੈ ਰਹੇ ਹਾਂ ਅੱਜ ਆਪਾਂ, ਮੀਡੀਅਮ ਸਾਈਜ਼, ਲਗਭਗ 200 ਗ੍ਰਾਮ ਦੇ ਬਨਾਨਾਸ ਨੇ, 100 ਗ੍ਰਾਮ ਈਚ। ਅਤੇ ਇਹਨਾਂ ਨੂੰ ਆਪਾਂ ਨੇ ਛੋਟੇ ਛੋਟੇ ਪੀਸ ਕਰਕੇ ਆਪਣੇ ਗ੍ਰਾਈਂਡਰ ਦੇ ਅੰਦਰ ਪਾ ਦੇਣਾ, ਜਾਰ ਅੰਦਰ ਪਾ ਦੇਣਾ। ਛੋਟੇ ਛੋਟੇ ਪੀਸ ਇਸ ਕਰਕੇ ਪਾ ਰਹੇ ਹਾਂ ਆਪਾਂ ਤਾਂ ਜੋ ਇਹ ਅੱਛੀ ਤਰੀਕੇ ਨਾਲ ਮਿਕਸ ਹੋ ਸਕਣ। ਜੇ ਆਪਾਂ ਸਾਬਤਾ ਬਨਾਨਾ ਐਵੇਂ ਪਾ ਦਿੰਦੇ ਹਾਂ ਤਾਂ ਕਈ ਵਾਰ ਇਹ ਸਾਈਡਾਂ 'ਤੇ ਲੱਗਿਆ ਰਹਿ ਜਾਂਦਾ, ਅਤੇ ਜਿਹੜਾ ਕਿ ਪੀਣ ਦੇ ਵਿੱਚ ਬਾਅਦ 'ਚੋਂ ਅੱਛਾ ਨਹੀਂ ਲੱਗਦਾ ਜਦੋਂ ਉਹਦੇ ਛੋਟੇ ਛੋਟੇ ਪੀਸ ਆਪਣੇ ਮੂੰਹ ਦੇ ਵਿੱਚ ਆਉਂਦੇ ਨੇ। ਉਹਨੂੰ ਆਪਾਂ ਛੋਟੇ ਛੋਟੇ ਪੀਸ ਕਰਕੇ ਵਿੱਚ ਐਡ ਕਰ ਦੇਣਾ। ਹਾਂਜੀ, ਬਨਾਨਾ ਦਾ ਆਪਣੇ ਐਡ ਕਰਨ ਤੋਂ ਬਾਅਦ ਆਪਾਂ ਨੇ ਲੈਣਾ ਦੁੱਧ, ਅਤੇ ਥੋੜ੍ਹਾ ਜਿਹਾ ਦੁੱਧ ਇਹਦੇ 'ਚ ਆਪਾਂ ਪਾ ਦੇਣਾ। ਅੱਧਾ 300 ml 'ਚੋਂ ਆਪਾਂ ਨੇ 150 ml ਪਾ ਦੇਣਾ, ਅਤੇ 150 ml ਆਪਾਂ ਨੇ ਬਚਾ ਕੇ ਬਾਦਲੀ ਰੱਖ ਲਈ। ਦੁੱਧ ਪਾਉਣ ਦਾ ਇਹ ਮਤਲਬ ਹੈ ਕਿ ਅੱਛੇ ਤਰੀਕੇ ਨਾਲ ਇਹਦੇ 'ਚ ਘੁਲ ਜਾਏਗਾ। ਜੇ ਆਪਾਂ ਐਵੇਂ ਸੁੱਕਾ ਇਹਨੂੰ ਇਹਦੇ ਵਿੱਚ ਐਡ ਕਰਦੇ ਹਾਂ ਤਾਂ ਕਈ ਵਾਰ ਉਹ ਜਿਹੜਾ ਪਾਊਡਰ ਹੈ ਉਹਨੂੰ ਪਕੜ ਲੈਂਦਾ। ਫਿਰ ਆਪਾਂ ਨੇ ਕੱਪੜਾ ਲਗਾਉਣਾ ਅਤੇ ਇਹਨੂੰ ਕਰਨਾ 10 ਸੈਕਿੰਡ ਤੱਕ ਚੰਗੀ ਤਰ੍ਹਾਂ ਗ੍ਰਾਈਂਡ। ਹਾਂਜੀ, 10 ਸੈਕਿੰਡ ਹੋ ਚੁੱਕੇ ਨੇ ਅਤੇ 10 ਸੈਕਿੰਡ ਬਾਅਦ ਆਪਾਂ ਦੇਖਦੇ ਹਾਂ ਆਪਣਾ ਜਿਹੜਾ ਸ਼ੇਕ ਹੈ ਉਹ ਕਿੱਦਾਂ ਦਾ ਲੱਗ ਰਿਹਾ। ਹਾਂਜੀ, ਇਹ ਚੰਗੀ ਤਰ੍ਹਾਂ ਘੁਲ ਚੁੱਕਿਆ, ਤੁਸੀਂ ਦੇਖ ਸਕਦੇ ਹੋ ਜਿਹੜੇ ਬਨਾਨਾਸ ਨੇ ਉਹ ਚੰਗੀ ਤਰ੍ਹਾਂ ਘੁਲ ਚੁੱਕੇ ਨੇ। ਅਤੇ ਹੁਣ ਆਪਾਂ ਨੇ ਆਪਣਾ ਅਗਲਾ ਇਨਗਰੀਡੀਐਂਟ ਇਹਦੇ ਵਿੱਚ ਐਡ ਕਰਨਾ। ਅਗਲਾ ਇਨਗਰੀਡੀਐਂਟ ਹੈਗਾ ਆਪਣਾ ਬੇ ਪ੍ਰੋਟੀਨ। ਜਿਨ੍ਹਾਂ ਕੋਲ ਬੇ ਪ੍ਰੋਟੀਨ ਨਹੀਂ ਹੈਗਾ ਉਹ ਆਪਣੀ ਦੁੱਧ ਦੀ ਕੁਆਂਟਿਟੀ ਥੋੜ੍ਹੀ ਜ਼ਿਆਦਾ ਰੱਖਣ, ਉਹ 1/2 ਕਿਲੋ ਦੁੱਧ ਲੈ ਸਕਦੇ ਨੇ ਅਤੇ ਨਾਲੇ 1 ਕੇਲਾ ਹੋਰ ਐਡ ਕਰ ਸਕਦੇ ਨੇ ਕੈਲਰੀਜ਼ ਨੂੰ ਮੈਚ ਕਰਨ ਲਈ। ਹਾਂਜੀ, ਆਪਾਂ 1.5 ਸਕੂਪ ਹੈ ਜਿਹੜਾ ਉਹ ਬੇ ਪ੍ਰੋਟੀਨ ਦਾ ਲੈ ਰਹੇ ਹਾਂ। ਤੁਸੀਂ 1 ਸਕੂਪ ਵੀ ਲੈ ਸਕਦੇ ਹੋ, ਅਤੇ ਮੈਂ ਆਪਦੀ ਬਾਡੀ ਅਕੋਰਡਿੰਗ ਲੈ ਰਿਹਾ। 1.5 ਸਕੂਪ ਇਹਦਾ ਵਿੱਚ ਆਪਾਂ ਇਹਦੇ ਐਡ ਕਰਨਾ। ਪ੍ਰੋਟੀਨ ਐਡ ਕਰਨ ਤੋਂ ਬਾਅਦ ਆਪਾਂ ਨੇ ਥੋੜ੍ਹਾ ਜਿਹਾ ਦੁੱਧ ਹੈ ਜਿਹੜਾ ਹੋਰ ਐਡ ਕਰ ਦੇਣਾ, ਅਤੇ ਥੋੜ੍ਹਾ ਜਿਹਾ ਆਪਾਂ ਫਿਰ ਵੀ ਬਚਾ ਕੇ ਰੱਖ ਲਾਂਗੇ ਐਂਡ ਲਈ। ਹੋ ਸਕਦਾ ਆਪਾਂ ਨੂੰ ਐਂਡ 'ਚ ਥੋੜ੍ਹੀ ਜਿਹੀ ਦੁੱਧ ਦੀ ਹੋਰ ਜ਼ਰੂਰਤ ਪੈ ਜੇ। ਹਾਂਜੀ, ਪ੍ਰੋਟੀਨ ਐਡ ਕਰਤਾ, ਆਪਾਂ ਨੇ ਢੱਕਣ ਲਗਾਉਣਾ ਅਤੇ ਕੱਪੜਾ ਰੱਖਣਾ ਉੱਪਰ ਤਾਂ ਜੋ ਇਹ ਬਾਹਰ ਨਾ ਆ ਜਾਏ, ਅਤੇ ਇਹਨੂੰ ਕਰਨਾ ਆਪਾਂ ਨੇ 10 ਸੈਕਿੰਡ ਲਈ ਗ੍ਰਾਈਂਡ। ਹਾਂਜੀ, 10 ਸੈਕਿੰਡ ਹੋ ਚੁੱਕੇ ਨੇ, ਆਪਾਂ ਦੇਖਦੇ ਹਾਂ ਆਪਣਾ ਸ਼ੇਕ ਕਿੱਦਾਂ ਦਾ ਲੱਗ ਰਿਹਾ। ਸ਼ੇਕ ਆਪਣਾ ਚੰਗੀ ਤਰ੍ਹਾਂ ਬਣ ਚੁੱਕਿਆ। ਹੁਣ ਇਹਦੇ 'ਚ ਆਪਾਂ ਜਿਹੜਾ ਆਪਣਾ ਰਹਿੰਦਾ ਹੋਇਆ ਦੁੱਧ ਹੈ ਉਹ ਐਡ ਕਰ ਦਾਂਗੇ। ਦੁੱਧ ਆਪਾਂ ਨੇ ਇਸ ਲਈ ਬਚਾ ਕੇ ਰੱਖਿਆ ਕਿ ਕਈ ਵਾਰ ਗੱਠਾਂ ਬਣ ਜਾਂਦੀਆਂ ਨੇ, ਤਾਂ ਉਹਨਾਂ ਨੂੰ ਸਹੀ ਕਰਨ ਲਈ ਆਪਾਂ ਨੂੰ ਜਿਹੜਾ ਦੁੱਧ ਹੈ ਉਹ ਪਾਉਣਾ ਪੈ ਜਾਂਦਾ। ਦੁੱਧ ਆਪਾਂ ਹੁਣ ਪਾ ਦਿੱਤਾ,
दुध तो बाद हुण आपणा एक चीज़ होर पावांगे जिहड़ी आपणी रह गई सी वो हैगे आपणा शहद। शहद का यूज इसलिए कर रहे हैं क्योंकि शहद है जिहड़ा वो हैल्दी हुंदा है शक्कर ते गुड़ नालों। तुसीं गुड़ या शक्कर दोनों पा सकते हो, चीनी का इस्तेमाल भी कर सकते हो। 2 स्पून आपने शहद के पाए ने, इहदे विच इहदी जगह तुसीं 2 स्पून चीनी दे लै सकते हो। हाँ जी, आपने 2 स्पून इहदे विच शहद दे ऐड कर दिते ने। इस तो बाद आपने इहनूं चंगी तरह हलिया देना है चम्मच नाल, तां जो जिहड़ा बचा हुआ शहद है वह भी अंदर चंगी तरह घुल जाए। इनग्रीडियंट पाने तो बाद आपने एक बार होर इन 5 सैकेंड लिए घुमाना तां जो अच्छी तरीके नाल मिक्स हो चुके। शक्कर पाई है तो तुसीं ज़्यादा घुमाना इनू। तो लास्ट तो एक सीक्रेट इनग्रीडियंट मैं होर पाना अपने इस शेक विच, वो हैगा अपना केसर। मेरे को देसी केसर है जी, जो मेरे एक दोस्त ने दिता है, मैनू तुसीं बाजार चो भी लै सकते हो। ये थोड़ा जिहा इस्तेमाल करना अपने सिर्फ ड्रैसिंग लई। होर भी बहुत सारे फायदे ने जिहड़े आपां कदे आने वाली वीडियोज़ डिस्कस करांगे। तो जिन्हें भी इनग्रीडियंट आपने इस शेक में यूज़ किए हैं उन्होंने सारे के लिंक तो नीचे डिस्क्रिप्शन बॉक्स मिल जाएंगे। तुसी देख सकते हो अपना जिहड़ा शेक है पूरी तरह रेडी है। इनू तुसी बना के पियो तो ये ईजली 3 से 4 किलो वेट है जिहड़ा गेन करोगे। अगर तुहानू वीडियो वधिया लगती है तो प्लीज़ लाइक कमेंट से शेयर करके जाए।